अज असी तुहानू एक अजिहे पिंड विच लै के जा रहे हां जिथों दा इतिहास सब तो विलखण है। कहा जाता है कि जेकर किसी व्यक्ति को कोई सप कट जाए तो इस पिंड दे विच उसका इलाज किया जाता है। ਸਾਡੇ ਬਾਬੇ ਨਾਗ ਦੇਵਤਾ ਇੱਛਿਆ ਦਾ ਨਾਗ ਦੇਵਤਾ ਜਗ੍ਹਾ ਕਟੋੜੇ 'ਚ ਇਹ ਦੂਰ ਦੂਰ ਤੱਕ ਜਿੰਨੇ ਵੀ ਸਾਡੇ ਲੋਕਲ ਪਿੰਡ ਛੱਡ ਕੇ ਦਿੱਲੀ ਤੱਕ ਅੰਮ੍ਰਿਤਸਰ ਤੱਕ ਜਿੰਨੇ ਲੋਕ ਸਾਰੇ ਆਉਂਦੇ ਨੇ ਇੱਥੇ ਸੱਪ ਇੱਥੇ ਬਾਬਾ ਜੀ ਦਾ ਵਰਦਾਨ ਆ ਸੱਪ ਅਤੇ ਕੱਟੇ ਦਾ ਇਲਾਜ ਹੁੰਦਾ ਕਿਸੇ ਨੂੰ ਡੰਗ ਹੋ ਜਾਂਦਾ ਕੱਖ ਲੱਗ ਜਾਂਦਾ ਜਿੱਦਾਂ ਬਰਸਾਤ ਨੇ ਲੱਖਾਂ ਦੁਨੀਆ ਆਉਂਦੀ ਹੈ ਇੱਥੇ ਇਤਿਹਾਸਿਕ ਮੇਲਾ ਹੁੰਦਾ ਇੱਥੇ ਸਾਉਣ ਮਹੀਨੇ ਮੇਲਾ ਹੁੰਦਾ ਜਿੱਥੇ ਲੱਖਾਂ ਦੁਨੀਆ ਆਉਂਦੀ ਇੱਕ ਦਿਨ ਦੇ ਵਿੱਚ ਕਾਫੀ ਸਾਡਾ ਇੱਥੇ ਇਤਿਹਾਸ ਇਹ ਹੈ ਕਿ ਬਾਬਾ ਜੀ ਨੇ ਪਿੰਡ ਕਤੋਰੇ ਨੂੰ ਵਰਦਾਨ ਦਿੱਤਾ ਇੱਥੇ ਨਾ ਕਿਸੇ ਨੂੰ ਡੰਗ ਹੁੰਦਾ ਜਿਹੜਾ ਬੰਦਾ ਬਾਬੇ ਕਤੋਰੇ ਦੀ ਜੂਹ ਵਿੱਚ ਆ ਜਾਂਦਾ ਨਾ ਕਤੋਰੇ ਦੇ ਪਿੰਡ ਦੀ ਜੂਹ 'ਚ ਆ ਜਾਂਦਾ ਉਹ ਬੰਦਾ ਠੀਕ ਹੋ ਜਾਂਦਾ। ਸਾਡੇ ਇੱਥੇ ਸ਼ੱਕਰ ਜਿਹੜੀ ਮਿੱਟੀ ਹੈ ਇੱਥੋਂ ਦੀ ਉਹਨੂੰ ਸ਼ੱਕਰ ਕਹਿੰਦੇ ਆ ਜਿਹੜੇ ਬੰਦਾ ਡੰਗ ਹੋ ਜਾਂਦਾ ਉਹਨੂੰ ਉਹੀ ਥੋੜ੍ਹੀ ਖਿਲਾਣੀ ਹੁੰਦੀ ਹੈ ਅਤੇ ਨਾਲੇ ਖਿਲਾਣੀ ਹੁੰਦੀ ਹੈ ਚਾਰ ਪੰਜ ਘੰਟੇ ਨੂੰ ਰੱਖੀਦਾ ਅਤੇ ਉਹ ਆਪਣੇ ਘਰ ਜਾਂਦਾ ਫ੍ਰੀ ਦਾ ਇਲਾਜ ਹੈ ਬਾਬਾ ਜੀ ਦਾ ਵਰਦਾਨ ਹੁੰਦਾ। ਇਹ ਸਾਡੇ ਬਾਬੇ ਪੜਦਾਦਿਆਂ ਦੀ ਗੱਲ ਹੈ ਪੁਰਾਣੀ ਗੱਲ ਹੈ ਉਹ ਕਹਿੰਦਾ ਸਾਨੂੰ ਹੁਣ ਪਤਾ ਨਹੀਂ ਪਤਾ ਪੁਰਾਣੀ ਗੱਲ ਹੈ ਜਿੱਦਾਂ ਦਾ ਚੱਲਦਾ ਪਿਆ ਉੱਦਾਂ ਹੀ ਚੱਲਦੇ ਪਏ। ਹੈਡਲ ਦੇ ਨਾਲ ਤੋਂ ਲੱਗੇ 250 ਕਿੱਲਾ ਇੱਧਰੋਂ ਮੁਰਾਦਪੁਰ ਇੱਧਰੋਂ ਪੰਜੋੜ ਇੱਧਰੋਂ ਰੋਡ ਮੇਰਾ ਤਿੰਨਾਂ ਪਿੰਡਾਂ ਦੇ ਗੱਬੇ ਪਿੰਡ ਸਾਡੇ ਇੱਕ ਬਾਬਾ ਜੀ ਦੀ ਇਤਿਹਾਸਿਕ ਬੋਲੀ ਹੈ ਜਿਹੜੇ ਪਾਣੀ ਜਿਹੜਾ ਬਹੁਤ ਅੱਛਾ ਜਿੱਥੇ ਮਤਲਬ ਕਹਿੰਦਾ ਜਿੱਦਾਂ ਤੁਸੀਂ ਕਹਿੰਦੇ ਹੋ ਨਾ ਮਾਂ ਗਾਲਣੇ ਆ ਅਤੇ ਇੱਕ ਵਾਰ ਮਾਂ ਗਾਲਣੇ ਇੱਕ ਵਾਰ ਮਾਂ ਦੇ ਰੋਡ ਜਿਹੜੇ ਹੁੰਦੇ ਰੋਡ ਜਿਹੜੇ ਗਲਦੇ ਨੇ ਜਿਹੜੇ ਉਹ ਬੋਲੀ ਦਾ ਪਾਣੀ ਪਾ ਲਓ ਅਤੇ ਉਹ ਪਹਿਲਾਂ ਗਲ ਜਾਂਦੇ। ਬਾਬਾ ਜੀ ਇਸ਼ਨਾਨ ਵੀ ਕਰਦੇ ਉਹਦੇ 'ਚ ਜਦੋਂ ਵੀ ਬੋਲੀ 'ਚ ਇਸ਼ਨਾਨ ਵੀ ਕਰਦੇ ਆ ਹੋਰ ਵੀ ਕਿਸੇ ਨੂੰ ਮਾੜਾ ਮੋਟਾ ਐਲਰਜੀ ਵਗੈਰਾ ਹੋ ਜਾਂਦੀ ਆ ਉਹ ਇਸ਼ਨਾਨ ਕਰਨ ਠੀਕ ਹੋ ਇਤਿਹਾਸਿਕ ਬੋਲੀ ਹੈ ਸਾਡੀ। ਇੱਕ ਗਰਭਵਤੀ ਮਹਿਲਾ ਜਿਹਦਾ ਮਹਾਂਵਾਰੀ ਔਰਤ ਹੈ ਉਹ ਥੋੜ੍ਹਾ ਪਰਛਾਵੇਂ ਦਾ ਉਹਦਾ ਡਰ ਹੁੰਦਾ ਜੇ ਡੰਗ ਹੋ ਜਾਏ ਉੱਥੇ ਤਾਂ ਆਮਣੇ ਹੀ ਆਉਂਦੇ ਉਹਨਾਂ ਨੂੰ ਇੱਦਾਂ ਵੀ ਘੱਟ ਆਉਂਦੇ ਬਾਰ ਬਾਰ ਬਹਿਣ ਮੱਥਾ ਘੱਟ ਹੀ। ਕਹਿਣ ਦਾ ਮਤਲਬ ਕਿ ਜਿਹੜੇ ਲੋਕਾਂ ਨੂੰ ਮੰਨਤਾਂ ਪੂਰੀਆਂ ਹੁੰਦੀਆਂ ਉਹ ਵਿਚਾਰੇ ਕੋਈ ਨਾਗ ਚੜ੍ਹੇ ਕੋਈ ਚਾਂਦੀ ਦੇ ਕਿਸੇ ਨੂੰ ਕਾਲ ਸਰਪ ਜੋਗ ਲੱਗ ਜਾਂਦਾ ਉਹ ਪੂਜਾ ਕਰਾਉਂਦੇ ਨੇ ਇੱਥੇ ਆ ਕੇ ਸਭ ਕੁਛ ਕਰਦੇ ਇੱਥੇ ਕੋਈ ਹਰ ਇੱਕ ਬੰਦਾ ਸੇਵਾ ਕਰ ਸਕਦਾ ਕੋਈ ਉਹ ਜਿਹੀ ਨਹੀਂ ਕੋਈ ਗੱਲ ਨਹੀਂ ਕੋਈ ਜੱਗ ਲਗਾਉਂਦੇ ਨੇ ਉਹ ਪਿਛਲੇ ਮਹੀਨੇ ਦੇ ਸਾਉਣ ਮਹੀਨੇ ਦਾ ਪੂਰਾ ਮਹੀਨਾ ਜਾਗ ਹੀ ਰਿਹਾ ਇੱਥੇ 3 ਮਹੀਨੇ ਪੂਰੇ ਜਾਗ ਹੀ ਰਹੇ ਨੇ। ਤਾਂ ਇਹ ਸੀ ਪਿੰਡ ਗਤੋਰਾ ਦੇ ਨਾਗ ਮੰਦਰ ਦਾ ਇਤਿਹਾਸ ਜਿੱਥੇ ਸੱਪ ਦੇ ਡੰਗਿਆਂ ਦਾ ਇਲਾਜ ਹੁੰਦਾ ਹੈ। ਪਠਾਨਕੋਟ ਤੋਂ ਜਤਿਨ ਸ਼ਰਮਾ, ਨਿਊਜ਼ 18 ਪੰਜਾਬ।